Welcome to my YouTube channel English on Tips, and today our topic is a poem that is Where the Mind is Without Fear. And as you are watching the picture of a man, that is Rabindranath Tagore, a Nobel Prize winner. Okay, and Rabindranath Tagore write a beautiful poem, Where the Mind is Without Fear. First of all, I want, as usual, I described about the poem and authors in brief in last videos, and also in this video I will describe about the poet of this poem. First of all, its poet is Rabindranath Tagore, and now you will ask, who is Rabindranath Tagore? Rabindranath Tagore, jo ne oh bahut acche Indian poet, novelist and playwright ne. And ek cheez hor tode bare bahut important hai, you should know about Rabindranath Tagore, that Rabindranath Tagore born in Calcutta, and he wrote so many poems, so many novels, and he wrote Gitanjali. And for Gitanjali in 1913 de vich first non European poet si jinna nu Gitanjali de layi jo si oh Nobel Prize milya si. ਸਭ ਉਸ ਤੋਂ ਪਹਿਲਾਂ ਕੀ ਸੀ, ਜਿੰਨੇ ਵੀ ਨੋਬਲ ਪ੍ਰਾਈਜ਼ ਸੀ ਉਹ ਸਾਰੇ ਯੂਰਪੀਅਨ ਰਾਈਟਰਸ ਨੂੰ, ਯੂਰਪੀਅਨ ਪੋਇਟਸ ਨੂੰ ਮਿਲੇ ਨੇ. ਐਂਡ ਰਬਿੰਦਰਨਾਥ ਟੈਗੋਰ ਇਜ਼ ਸੋ ਪ੍ਰੈਸਟੀਜੀਅਸ ਪਰਸਨ, ਅ ਪੋਇਟ, ਦੈਟ ਉਹਨਾਂ ਨੂੰ ਉਹਨਾਂ ਦੀ ਜੋ ਪੋਇਮ ਸੀ ਗੀਤਾਂਜਲੀ, ਉਸ ਦੇ ਵਾਸਤੇ ਉਹਨਾਂ ਨੂੰ 1913 ਦੇ ਵਿੱਚ ਕੀ ਹੈ ਨੋਬਲ ਪ੍ਰਾਈਜ਼ ਉਹਨਾਂ ਨੂੰ ਦਿੱਤਾ ਗਿਆ ਸੀ. ਐਂਡ ਇੱਕ ਚੀਜ਼ ਹੋਰ ਤੁਹਾਡੇ ਬਾਰੇ ਇੰਪੋਰਟੈਂਟ, ਤੁਹਾਡੇ ਬਾਰੇ ਨਹੀਂ, ਪੋਇਮ ਦੇ ਬਾਰੇ ਜੋ ਹੈਗੀ ਹੈ ਬਹੁਤ ਇੰਪੋਰਟੈਂਟ ਹੈਗੀ ਹੈ, ਜੋ ਤੁਸੀਂ ਅੱਜ ਕਰਨ ਜਾ ਰਹੇ ਹੋ, ਵੇਅਰ ਦਾ ਮਾਇੰਡ ਇਜ਼ ਵਿਦਆਊਟ ਫੀਅਰ. ਇਹ ਜੋ ਪੋਇਮ ਹੈ ਇਹ ਵੀ 35th ਪੋਇਮ ਹੈ ਗੀਤਾਂਜਲੀ ਦੀ, ਦੈਟ ਮੀਨਸ ਇਹ ਗੀਤਾਂਜਲੀ ਦਾ ਪਾਰਟ ਹੈ, ਗੀਤਾਂਜਲੀ ਪੋਇਮ ਦਾ ਪਾਰਟ ਹੈ ਵੇਅਰ ਦਾ ਮਾਇੰਡ ਇਜ਼ ਵਿਦਆਊਟ ਫੀਅਰ. ਐਂਡ ਇਹ 35th ਪੋਇਮ ਹੈ ਗੀਤਾਂਜਲੀ ਦੀ. ਓਕੇ, ਐਂਡ ਆਈ ਥਿੰਕ ਆਈ ਹੈਵ ਆਲਰੇਡੀ ਟੋਲਡ ਯੂ ਅਬਾਊਟ ਰਬਿੰਦਰਨਾਥ ਟੈਗੋਰ, ਵੇਅਰ ਦੇ ਬੋਰਨ, ਐਂਡ ਵਟ ਇਜ਼ ਦਾ ਇੰਪੋਰਟੈਂਸ ਆਫ ਦਿਸ ਪੋਇਟ ਇਨ ਲਿਟਰੇਚਰ. Okay, and without wasting any time, now we will continue with our today's poem, Where the Mind is Without Fear. This poem is a prayer to God. Is poem de vich jo Rabindranath Tagore ne oh God agge apne ek India de keho jeha India hona chahida hai, sada country, sada world kis tarah da hona chahida hai, us layi ki hai, oh is poem de through God de agge jo hai pray. ਜੋ ਇਸਦਾ ਟਾਈਟਲ ਹੈ ਵੇਅਰ ਦਾ ਮਾਇੰਡ ਇਜ਼ ਵਿਦਆਊਟ ਫੀਅਰ, ਇਸ ਦੇ ਥਰੂ ਜੋ ਰਬਿੰਦਰਨਾਥ ਟੈਗੋਰ ਨੇ, ਤਾਂ ਉਹ ਕੀ ਹੈ ਇੱਕ ਆਪਣਾ ਡਰੀਮ ਸ਼ੋ ਕਰ ਰਹੇ ਹੈ ਇਸ ਪੋਇਮ ਦੇ ਥਰੂ, ਕਿ ਜਿੱਥੇ ਅਸੀਂ ਰਹਿ ਰਹੇ ਹਾਂ, ਜਿਸ ਇੰਡੀਆ ਦੇ ਵਿੱਚ, ਜਿਸ ਕੰਟਰੀ ਦੇ ਵਿੱਚ, ਜਿਸ ਵਰਲਡ ਦੇ ਉੱਪਰ ਅਸੀਂ ਰਹਿ ਰਹੇ ਹਾਂ, ਉੱਥੇ ਜੋ ਸਾਡਾ ਮਾਇੰਡ ਹੈ, ਸਾਡਾ ਹਰਟ ਹੈ, ਉਸ ਦੇ ਵਿੱਚ ਕਿਸੇ ਵੀ ਟਾਈਪ ਦਾ ਕੋਈ ਫੀਅਰ ਨਹੀਂ ਹੋਣਾ ਚਾਹੀਦਾ, ਜਿਸ ਤਰ੍ਹਾਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਕਿ ਵੀ ਆਲ ਵਾਂਟ ਟੂ ਇੰਜੋਏ ਦ ਫਰੀਡਮ. ਓਕੇ, ਐਂਡ ਅਸੀਂ ਕਦੇ ਵੀ ਨਹੀਂ ਚਾਹਵਾਂਗੇ ਕਿ ਸਾਨੂੰ ਕਿਸੇ ਟਾਈਪ ਦਾ ਕੋਈ ਡਰ ਹੋਵੇ, ਕਿਸੇ ਕਾਸਟ, ਕਿਸੇ ਕ੍ਰੀਡ, ਕਿਸੇ ਪੋਲੀਟੀਕਲ ਲੀਡਰ ਦਾ, ਜਾਂ ਕਿਸੇ ਵੀ ਟਾਈਪ ਦਾ. ਸੋ ਇਸੇ ਤਰ੍ਹਾਂ ਦਾ ਵੀਜ਼ਨ ਜਿਹੜੇ ਹੈਗੇ ਰਬਿੰਦਰਨਾਥ ਟੈਗੋਰ ਲੈ ਕੇ ਚੱਲ ਰਹੇ ਨੇ. ਐਂਡ ਦਾ ਹੈੱਡ ਇਜ਼ ਹੈਲਡ ਹਾਈ. ਹੈੱਡ ਇਜ਼ ਹੈਲਡ ਹਾਈ ਦਾ ਇੱਥੇ ਮੀਨਿੰਗ ਹੈ ਕਿ ਸਾਡੀ ਜੋ ਸੈਲਫ ਰਿਸਪੈਕਟ ਹੈ ਉਹ ਸਾਡੀ ਬਣੀ ਰਹਿਣੀ ਚਾਹੀਦੀ ਹੈ, ਸਾਨੂੰ ਕਿਸੇ ਦਾ ਡਰ ਨਾ ਹੋਵੇ, ਸਾਨੂੰ ਕਿਸੇ ਦੇ ਆਰਡਰ ਨਾ ਸਹਿਣੇ ਪੈਣ, ਸੈਲਫ ਰਿਸਪੈਕਟ ਜੋ ਹੈਗੀ, ਅਸੀਂ ਸੈਲਫ ਰਿਸਪੈਕਟ ਦੇ ਨਾਲ ਇਹ ਜ਼ਿੰਦਗੀ ਜਿਉਂ ਸਕੀਏ. ਹੈੱਡ ਇਜ਼ ਹੈਲਡ ਹਾਈ, ਤਾਂ ਕਿ ਅਸੀਂ ਮਾਣ ਦੇ ਨਾਲ, ਆਪਣੀ ਸੈਲਫ ਰਿਸਪੈਕਟ ਦੇ ਨਾਲ ਕੀ ਹੈ, ਆਪਣਾ ਸਿਰ ਉੱਚਾ ਚੱਕ ਕੇ ਜੋ ਹੈ ਆਪਣੀ ਜ਼ਿੰਦਗੀ ਜਿਉਂ ਸਕੀਏ. ਇਸ ਪੋਇਮ ਦੀ ਨੈਕਸਟ ਲਾਈਨ ਹੈ, ਵੇਅਰ ਨੌਲੇਜ ਇਜ਼ ਫਰੀ. ਤਾਂ ਉਹ ਕਹਿੰਦੇ ਇਸ ਤਰ੍ਹਾਂ ਦਾ ਦੁਨੀਆ ਹੋਣੀ ਚਾਹੀਦੀ ਹੈ ਜਿੱਥੇ ਬੱਚਿਆਂ ਦੇ ਲਈ, ਜਿੱਥੇ ਵੱਡਿਆਂ ਦੇ ਲਈ ਜੋ ਨੌਲੇਜ ਹੈ, ਜੋ ਐਜੂਕੇਸ਼ਨ ਹੈ, ਉਸਦਾ ਕੀ ਹੈ, ਸਾਨੂੰ ਫਰੀ ਇੱਕ ਅਧਿਕਾਰ ਹੋਣਾ ਚਾਹੀਦਾ ਹੈ. ਸਾਡੇ 'ਤੇ ਕਿਸੇ ਟਾਈਪ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ, ਕੋਈ ਕਾਸਟ ਬੇਸ, ਕੋਈ ਕ੍ਰੀਡ ਬੇਸ, ਕੋਈ ਕਲਰ ਬੇਸ, ਕੋਈ ਅਗਰ ਕੋਈ ਪੂਅਰ ਹੈ, ਕੋਈ ਰਿਚ ਹੈ, ਤਾਂ ਸਾਰਿਆਂ ਦੇ ਲਈ ਉਹ ਕਹਿੰਦੇ ਆ ਨੌਲੇਜ ਲੈਣ ਲਈ ਕੀ ਹੈ, ਈਕੁਅਲ ਸਾਡੇ ਕੋਲ ਫਰੀਡਮ ਹੋਣੀ ਚਾਹੀਦੀ ਹੈ. ਵੇਅਰ ਦਾ ਵਰਲਡ ਹੈਜ਼ ਨੋਟ ਬੀਨ ਬਰੋਕਨ ਅਪ ਇਨ ਟੂ ਫਰੈਗਮੈਂਟਸ ਬਾਏ ਨੈਰੋ ਡੋਮੈਸਟਿਕ ਵਾਲਸ. ਜੋ ਸਾਡਾ ਵਰਲਡ ਹੈ, ਜੋ ਸਾਡੀ ਦੁਨੀਆ ਹੈ,
not been broken up into fragments ਦਾ ਮਤਲਬ ਹੁੰਦਾ ਹੈਗਾ ਇੱਥੇ ਟੁਕੜਿਆਂ ਦੇ ਵਿੱਚ ਸਾਡੀ ਜਿਹੜੀ ਦੁਨੀਆ ਹੈ ਸਾਡਾ ਵਰਲਡ ਹੈ ਟੁਕੜਿਆਂ ਦੇ ਵਿੱਚ ਨਹੀਂ ਵੰਡਿਆ ਹੋਣਾ ਚਾਹੀਦਾ ਬਾਏ ਨੈਰੋ ਨੈਰੋ ਦਾ ਮਤਲਬ ਹੁੰਦਾ ਤੰਗ ਡੋਮੈਸਟਿਕ ਘਰੇਲੂ ਐਂਡ ਵਾਲਸ ਦਾ ਮਤਲਬ ਹੁੰਦੀਆਂ ਜਿਹੜੀਆਂ ਅਸੀਂ ਕੰਟਰੀਜ਼ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਵਾਲਸ ਖੜੀਆਂ ਕੀਤੇ ਨੇ ਇੰਡੀਆ ਐਂਡ ਪਾਕਿਸਤਾਨ ਇੰਡੀਆ ਐਂਡ ਚਾਈਨਾ ਇਹ ਅਸੀਂ ਬਾਉਂਡਰੀਜ਼ ਬਣਾਈਆਂ ਨੇ ਆਪਣੀ ਨੈਰੋ ਸੋਚ ਦੇ ਕਰਕੇ ਸੋ ਦੈਟ ਆ ਟਾਈਪ ਆਫ ਬਾਉਂਡਰੀਜ਼ ਸ਼ੁੱਡ ਨੋਟ ਬੀ ਦੇਅਰ ਔਨ ਦਿਸ ਵਰਲਡ ਤਾਂ ਇਸ ਜੋ ਦੁਨੀਆ 'ਤੇ ਇਸ ਤਰ੍ਹਾਂ ਦੀਆਂ ਜੋ ਇੱਕ ਦੂਸਰੇ ਨਾਲ ਅਸੀਂ ਬਾਰਡਰਸ ਬਣਾਏ ਹੋਏ ਆ ਜਿਸ ਤਰ੍ਹਾਂ ਅਸੀਂ ਇੱਕ ਵਰਲਡ ਨੂੰ ਵੰਡਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਵਰਲਡ ਨਹੀਂ ਹੋਣਾ ਚਾਹੀਦਾ ਸੋ ਜੋ ਰਵਿੰਦਰਨਾਥ ਟੈਗੋਰ ਨੇ ਉਹ ਕੀ ਚਾਹੁੰਦੇ ਨੇ ਕਿ ਸਾਡਾ ਵਰਲਡ ਜੋ ਹੈ ਜਿਸ ਤਰ੍ਹਾਂ ਤੁਸੀਂ ਪਿਕਚਰ 'ਤੇ ਦੇਖ ਰਹੇ ਹੋ ਕਿ ਅਸੀਂ ਬਾਉਂਡਰੀਜ਼ ਬਣਾਈਆਂ ਹੋਈਆਂ ਨੇ ਸੋ ਇਸ ਤਰ੍ਹਾਂ ਦੀਆਂ ਬਾਉਂਡਰੀਜ਼ ਦੇ ਡੋਂਟ ਵਾਂਟ ਔਨ ਦਿਸ ਵਰਲਡ ਐਂਡ ਜੋ ਸਾਡੀ ਸੋਚ ਹੈ ਜੋ ਸਾਡੀ ਨੈਰੋ ਡੋਮੈਸਟਿਕ ਸੋਚ ਹੈਗੀ ਹੈ ਉਹ ਸਾਡੇ ਵਿੱਚ ਕੋਈ ਵੀ ਡਿਵਾਈਡੇਸ਼ਨ ਜਾਂ ਸਾਨੂੰ ਇੱਕ ਦੂਸਰੇ ਤੋਂ ਕੀ ਹੈ ਇੱਕ ਦੂਸਰੇ ਨੂੰ ਕੰਟਰੀਜ਼ ਨੂੰ ਅਲੱਗ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਇਸ ਤਰ੍ਹਾਂ ਦੀ ਸੋਚ ਜਿਹੜੀ ਆ ਗੋਡ ਨੂੰ ਜਿਹੜੀ ਆ ਉਹ ਪ੍ਰੇ ਕਰ ਰਹੇ ਹੈ ਇਸ ਤਰ੍ਹਾਂ ਦੀ ਸੋਚ ਤੋਂ ਸਾਨੂੰ ਦੂਰ ਰੱਖ ਨੈਕਸਟ ਇਜ਼ ਲਾਸਟ ਟੂ ਲਾਈਨਸ ਵੇਅਰ ਵਰਡਸ ਕਮਸ ਆਊਟ ਫਰੋਮ ਦਾ ਡੈਪਥ ਆਫ ਟਰੁੱਥ ਵਰਡਸ ਕੀ ਹੈ ਜੋ ਅਸੀਂ ਬੋਲਦੇ ਹੈਗੇ ਹਾਂ ਜੋ ਸਾਡੀ ਸੋਚ ਹੈ ਜੋ ਸਾਡੀ ਇੱਕ ਬੋਲ ਮਤਲਬ ਸਾਡੀ ਬੋਲਚਾਲ ਹੈ ਸਾਡੇ ਲੈਂਗੁਏਜ ਹੈ ਜੋ ਸਾਡੇ ਥੋਟਸ ਹੈ ਉਹ ਕਿੱਥੋਂ ਆਉਣੇ ਚਾਹੀਦੇ ਹੈ ਫਰੋਮ ਦਾ ਡੈਪਥ ਆਫ ਟਰੁੱਥ ਉਹਨਾਂ ਦੇ ਵਿੱਚ ਕੀ ਹੈ ਸੱਚਾਈ ਹੋਣੀ ਚਾਹੀਦੀ ਹੈ ਸਾਡੀ ਸੋਚ ਦੇ ਵਿੱਚ ਸਾਡੀ ਪਰਸਨੈਲਿਟੀ ਦੇ ਵਿੱਚ ਕੀ ਹੈ ਸੱਚਾਈ ਹੋਣੀ ਚਾਹੀਦੀ ਹੈ ਸਾਡੀ ਬੋਲਚਾਲ ਦੇ ਵਿੱਚ ਇੱਕ ਦੂਸਰੇ ਦੇ ਨਾਲ ਸਾਡਾ ਬਿਹੇਵੀਅਰ ਜੋ ਹੈ ਇਟ ਸ਼ੁੱਡ ਬੀ ਟਰੁੱਥਫੁੱਲ ਇਟ ਸ਼ੁੱਡ ਬੀ ਕਾਇੰਡ ਫੋਰ ਈਚ ਅਦਰ ਵੇਅਰ ਟਾਇਰਲੈਸ ਦਾ ਮਤਲਬ ਹੁੰਦਾ ਅਨਥਕ ਸਟ੍ਰਾਈਵਿੰਗ ਦਾ ਮਤਲਬ ਹੈਗਾ ਇੱਥੇ ਸਾਡੀਆਂ ਕੋਸ਼ਿਸ਼ਾਂ ਸਟ੍ਰੈਚਡ ਆਰਮਸ ਟੂ ਵਰਡਸ ਪਰਫੈਕਸ਼ਨ ਜੋ ਸਾਡੀਆਂ ਅਨਥਕ ਜੋ ਸਾਡੀਆਂ ਬਾਹਾਂ ਨੇ ਜਾਂ ਸਾਡੀਆਂ ਅਨਥਕ ਕੋਸ਼ਿਸ਼ਾਂ ਜੋ ਅਸੀਂ ਕੰਮ ਕਰਦੇ ਹੈਗੇ ਹਾਂ ਤਾਂ ਉਹ ਕੀ ਹੈਗੇ ਆ ਸਿਰਫ ਪਰਫੈਕਸ਼ਨ ਦੇ ਲਈ ਸਾਡੇ ਲਈ ਜੋ ਸਾਡਾ ਅਸੀਂ ਵਰਕ ਕਰਦੇ ਹੈਗੇ ਹਾਂ ਸਿਰਫ ਉਹ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡੇ ਕਿਸ ਵੱਲ ਹੋਣੀਆਂ ਚਾਹੀਦੀਆਂ ਸਾਡਾ ਗੋਲ ਅਚੀਵ ਕਰਨ ਵੱਲ ਹੋਣੀਆਂ ਚਾਹੀਦੀਆਂ ਤਾਂ ਕਿ ਅਸੀਂ ਕਦੇ ਵੀ ਕੰਮ ਕਰਦੇ ਥੱਕੀਏ ਨਾ ਐਂਡ ਅਸੀਂ ਕੀ ਹੈ ਆਪਣਾ ਕੋਨਸਟੈਂਟ ਸਟਰਗਲ ਕਰਦੇ ਹੋਏ ਅਸੀਂ ਆਪਣਾ ਗੋਲ ਅਚੀਵ ਕਰ ਸਕੀਏ ਵੇਅਰ ਦਾ ਕਲੀਅਰ ਸਟ੍ਰੀਮ ਆਫ ਰੀਜ਼ਨ ਹੈਜ਼ ਨੋਟ ਲੋਸਟ ਇਟਸ ਵੇ ਇਨ ਟੂ ਦਾ ਡਰਾਇਰੀ ਡੈਜ਼ਰਟਸ ਐਂਡ ਆਫ ਡੈਡ ਹੈਬਿਟਸ ਹਾਂਜੀ ਜਿੱਥੇ ਉਹ ਕਹਿੰਦੇ ਕਲੀਅਰ ਸਟ੍ਰੀਮ ਕਲੀਅਰ ਦਾ ਮਤਲਬ ਹੈ ਸਾਫ਼ ਸਟ੍ਰੀਮ ਦਾ ਮਤਲਬ ਹੈਗਾ ਨਦੀ ਕਾਹਦੀ ਨਦੀ ਸਾਡੇ ਰੀਜ਼ਨ ਦੀ ਸਾਡੀ ਥਿੰਕਿੰਗ ਦੀ ਸਾਡੇ ਇੰਟੈਲੀਜੈਂਸੀ ਦੀ ਸੋ ਸਾਡੀ ਜਿਹੜੀ ਇੱਕ ਇੰਟੈਲੀਜੈਂਸੀ ਦੀ ਸਾਡੀ ਸੋਚ ਸਾਡੀ ਇੰਟੈਲੀਜੈਂਸ ਹੈ ਸਾਡੇ ਜੋ ਰੀਜ਼ਨਸ ਹੈਗੇ ਆ ਉਹ ਗਵਾਚਣੇ ਨਹੀਂ ਚਾਹੀਦੇ ਕਾਹਦੇ ਵਿੱਚ ਨਹੀਂ ਗਵਾਚਣੇ ਚਾਹੀਦੇ ਡਰਾਇਰੀ ਦਾ ਮਤਲਬ ਹੁੰਦਾ ਡਿਮ ਡੈਜ਼ਰਟ ਦਾ ਮਤਲਬ ਮਾਰੂਥਲ ਆਫ ਡੈਡ ਹੈਬਿਟਸ ਹਾਂਜੀ ਇੱਥੇ ਡੈਡ ਹੈਬਿਟਸ ਦਾ ਮਤਲਬ ਹੈਗੇ ਆ ਜੋ ਸਾਡੇ ਓਲਡ ਕਸਟਮਸ ਹੈਗੇ ਨੇ ਜੋ ਸਾਡੇ ਓਲਡ ਰੀਤੀ ਰਿਵਾਜ਼ ਨੇ ਉਹ ਕਹਿੰਦੇ ਜੋ ਸਾਡੀ ਇੰਟੈਲੀਜੈਂਸ ਹੈ ਉਹਨਾਂ ਨੂੰ ਸਾਡੀ ਇੰਟੈਲੀਜੈਂਸੀ ਨੂੰ ਕਿਸ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਡੈਡ ਹੈਬਿਟਸ ਓਲਡ ਕਸਟਮਸ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਨੂੰ ਆਪਣੀ ਸੋਚ ਨੂੰ ਡੈਜ਼ਰਟ ਦੇ ਵਿੱਚ ਮਾਰੂਥਲ ਦੇ ਵਿੱਚ ਲੋਸਟ ਨਹੀਂ ਕਰਨਾ ਚਾਹੀਦਾ ਐਜ਼ ਯੂ ਆਰ ਆਲਸੋ ਵਾਚਿੰਗ ਇਨ ਦਿਸ ਪਿਕਚਰ ਦੈਟ ਜੋ ਸਾਡਾ ਸਟ੍ਰੀਮ ਹੈ ਸਾਡੀ ਇੰਟੈਲੀਜੈਂਸੀ ਦਾ ਉਹ ਕੀ ਹੈ ਕਲੀਅਰ ਹੋਣਾ ਚਾਹੀਦਾ ਇਟ ਸ਼ੁੱਡ ਬੀ ਕਲੀਅਰ ਇੱਥੇ ਟਰੁੱਥਫੁੱਲਨੈਸ ਹੋਣੀ ਚਾਹੀਦੀ ਹੈ ਓਨੈਸਟੀ ਹੋਣੀ ਚਾਹੀਦੀ ਹੈ ਐਂਡ ਇਟ ਸ਼ੁੱਡ ਨੋਟ ਲੋਸਟ ਇਟਸ ਵੇ ਇਨ ਟੂ ਅ ਡੈਜ਼ਰਟ ਸਾਡੀ ਜਿਹੜੀ ਸੋਚ ਹੈ ਜੋ ਸਾਡੀ ਥਿੰਕਿੰਗ ਹੈ ਇਸਨੂੰ ਕੀ ਹੈ ਲੋਸਟ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਮਾਰੂਥਲ ਦੀ ਇੱਥੇ ਪਿਕਚਰ ਦੇਖ ਰਹੇ ਹੋ ਦੈਟ ਇਟ ਵਿਲ ਬੀ ਅੰਡਰਸਟੂਡ ਵੈਰੀ ਕਲੀਅਰਲੀ ਥਰੂ ਦਿਸ ਪਿਕਚਰ ਵੇਅਰ ਦਾ ਮਾਇੰਡ ਇਜ਼ ਲੈਡ ਫਾਰਵਰਡ ਬਾਏ ਦੀ ਮਤਲਬ ਹੁੰਦਾ ਹੈਗਾ ਤੁਹਾਡਾ ਗੋਡ ਨੂੰ ਪ੍ਰੇ ਕਰ ਰਹੇ ਹੈ ਕਿ ਜੋ ਸਾਡਾ ਮਾਇੰਡ ਹੈ ਇਹ ਕਿਸ ਦੇ ਦੁਆਰਾ ਗਾਈਡੈਂਸ ਹੋਣੀ ਚਾਹੀਦੀ ਹੈ ਲੈਡ ਹੋਣਾ ਚਾਹੀਦਾ ਫਾਰਵਰਡ ਅੱਗੇ ਹੋਣਾ ਚਾਹੀਦਾ ਤੁਹਾਡੀ ਗਾਈਡੈਂਸ ਦੇ ਥਰੂ ਗੋਡ ਨੂੰ ਪ੍ਰੇ ਕਰ ਰਹੇ ਹੈ ਇਨ ਟੂ ਐਵਰ ਵਾਈਡਨਿੰਗ ਨੈਰੋ ਦਾ ਮਤਲਬ ਹੁੰਦਾ ਹੈਗਾ ਬਹੁਤ ਤੰਗ ਸੋਚ ਹੋਣਾ ਵਾਈਡਨਿੰਗ ਦਾ ਮਤਲਬ ਹੁੰਦਾ ਐਕਸਪੈਂਡਡ ਜੋ ਸਾਡੇ ਥੋਟਸ ਨੇ ਉਹ ਬਹੁਤ ਹੀ ਐਕਸਪੈਂਡਡ ਹੋਣੇ ਚਾਹੀਦੇ ਆ ਬਹੁਤ ਹੀ ਬਰੋਡ ਹੋਣੇ ਚਾਹੀਦੇ ਆ ਤਾਂ ਸਾਨੂੰ ਕੀ ਹੈ ਇੱਕ ਚੰਗੀ ਸੋਚ ਦੇ ਮਾਲਕ ਹੋਣਾ ਚਾਹੀਦਾ ਹੈਗਾ ਮਤਲਬ ਕਿ ਹੈਗਾ ਜੋ ਸਾਡੇ ਐਕਸ਼ਨਸ ਹੈ ਜੋ ਸਾਡੇ ਥੋਟਸ ਹੈ ਇਹ ਕੀ ਹੈ ਬਹੁਤ ਹੀ ਵਾਸਟ ਹੋਣੇ ਚਾਹੀਦੇ ਆ ਸਾਡੀ ਥਿੰਕਿੰਗ ਹਾਈ ਲੈਵਲ ਦੀ ਹੋਣੀ ਚਾਹੀਦੀ ਹੈ ਇਨ ਟੂ ਦਾ ਹੈਵਨ ਆਫ ਫਰੀਡਮ ਤਾਂ ਕਿਸ ਦੀ ਸਵਰਗ ਦੇ ਵਿੱਚ ਫਰੀਡਮ ਦੇ ਮਾਈ ਫਾਦਰ ਟੈਗੋਰ ਕਿਸ ਨੂੰ ਕਹਿ ਰਹੇ ਨੇ ਗੋਡ ਨੂੰ ਕਹਿ ਰਹੇ ਨੇ ਲੈਟ ਮਾਈ ਕੰਟਰੀ ਅਵੇਕ ਤਾਂ ਉਹ ਕੀ ਕਹਿੰਦੇ ਨੇ ਮੇਰੀ ਕੰਟਰੀ ਨੂੰ
ਤੁਸੀਂ ਜਗਾਓ, ਇਟ ਮਾਈ ਕੰਟਰੀ ਸ਼ੁੱਡ ਬੀ ਇੰਡੀਪੈਂਡੈਂਟ, ਜੋ ਇਹਦੇ ਲੋਕ ਨੇ ਉਹ ਇੰਡੀਪੈਂਡੈਂਟ ਹੋ ਰਹੇ ਨੇ, ਹੋਣੇ ਚਾਹੀਦੇ ਨੇ, ਜੋ ਉਹਨਾਂ ਦੀ ਸੋਚ ਹੈ ਉਹ ਕਲੀਅਰ ਹੋਣੀ ਚਾਹੀਦੀ ਹੈ, ਐਂਡ ਦੇ ਸ਼ੁੱਡ ਬੀ ਫਰੀ। ਲਾਸਟ ਲਾਈਨ ਆਫ ਦਿਸ ਪੋਇਮ, ਮਾਈ ਫਾਦਰ, ਹਾਂਜੀ ਟੈਗੋਰ ਕਿਸ ਨੂੰ ਕਹਿ ਰਹੇ ਨੇ ਮਾਈ ਫਾਦਰ? ਉਹ ਗੋਡ ਦੇ ਅੱਗੇ ਪ੍ਰੇ ਕਰ ਰਹੇ ਨੇ। ਐਕਚੁਲੀ ਆਈ ਹੈਵ ਆਲਰੇਡੀ ਟੋਲਡ ਯੂ ਦੈਟ ਦਿਸ ਪੋਇਮ ਇਜ਼ ਅ ਪ੍ਰੇਅਰ ਬਾਏ ਰਬਿੰਦਰਨਾਥ ਟੈਗੋਰ, ਐਂਡ ਉਹ ਫਾਦਰ ਨੂੰ ਪ੍ਰੇ ਕਰ ਰਹੇ ਨੇ, ਲੈਟ ਮਾਈ ਕੰਟਰੀ ਅਵੇਕ, ਮੇਰੀ ਕੰਟਰੀ ਨੂੰ ਕੀ ਹੈ ਅਵੇਕ ਕਰੋ, ਮੇਰੀ ਕੰਟਰੀ ਨੂੰ ਕੀ ਹੈ ਜਗਾਓ। ਦ ਸੈਂਟਰਲ ਆਈਡੀਆ ਐਂਡ ਦ ਮੇਨ ਥੀਮ ਆਫ ਦਿਸ ਪੋਇਮ ਇਜ਼ ਦੈਟ ਦਿਸ ਪੋਇਮ ਇਜ਼ ਰਿਫਲੈਕਸ਼ਨ ਆਫ ਪੋਇਟਸ ਗੁੱਡ ਐਂਡ ਆਈਡੀਅਲ ਨੇਚਰ। ਜੋ ਇਹ ਪੋਇਮ ਹੈ ਉਹ ਪੋਇਟ ਦੇ ਜੋ ਨੇਚਰ ਨੂੰ ਜੋ ਹੈ ਉਹ ਰਿਫਲੈਕਟ ਕਰ ਰਹੀ ਹੈ, ਸ਼ੋਅ ਕਰ ਰਹੀ ਹੈ। ਹੀ ਹੈਜ਼ ਅਟਮੋਸਟ ਫੇਥ ਇਨ ਗੋਡ, ਓਬਵੀਅਸ ਅਗਰ ਉਹਨਾਂ ਦਾ ਗੋਡ ਦੇ ਵਿੱਚ, ਸਾਡਾ ਸਭ ਦਾ ਹੀ ਗੋਡ ਦੇ ਵਿੱਚ ਜੋ ਹੈ ਵਿਸ਼ਵਾਸ ਹੈ, ਸਭ ਦਾ ਫੇਥ ਹੁੰਦਾ ਹੈਗਾ, ਤਾਂ ਉਸੇ ਤਰ੍ਹਾਂ ਰਬਿੰਦਰਨਾਥ ਟੈਗੋਰ ਨੇ ਜੋ ਵੀ ਗੋਡ ਦੇ ਵਿੱਚ ਇੱਕ ਵਿਸ਼ਵਾਸ ਕਰਕੇ ਉਹਨਾਂ ਨੂੰ ਪ੍ਰੇ ਕਰ ਰਹੇ ਨੇ ਆਪਣੇ ਕਿ ਵਿਦ ਆਲ ਹਿਜ਼ ਹਰਟ ਦੈਟ ਹੀ ਸ਼ੁੱਡ ਗਾਈਡ ਦਾ ਕੰਟਰੀ ਮੈਨ, ਕਿ ਉਹਨਾਂ ਨੂੰ ਕੀ ਹੈ ਲੋਕਾਂ ਨੂੰ ਕੀ ਹੈ ਗਾਈਡ ਕਰਨਾ ਚਾਹੀਦਾ, ਕਾਹਦੇ ਵਾਸਤੇ? ਵਰਕ ਹਾਰਡ, ਸਪੀਕ ਦਾ ਟਰੁੱਥ, ਤਾਂ ਉਹਨਾਂ ਨੂੰ ਸੱਚ ਬੋਲਣਾ ਚਾਹੀਦਾ, ਬੀ ਫਾਰਵਰਡ, ਅੱਗੇ ਵਧੋ ਵਿਦ ਲੋਜੀਕਲ ਥਿੰਕਿੰਗ, ਨਾਟ ਫੋਲੋਡ ਬਾਏ ਕਸਟਮਸ ਐਂਡ ਓਲਡ ਰਿਚੁਅਲਸ। ਹੀ ਸ਼ੁੱਡ ਐਂਡ ਦ ਪੀਪਲ ਸ਼ੁੱਡ ਗੋ ਫਾਰਵਰਡ ਵਿਦ ਲੋਜੀਕਲ ਥਿੰਕਿੰਗ ਬਟ ਨਾਟ ਵਿਦ ਓਲਡ ਕਸਟਮਸ। ਰਬਿੰਦਰਨਾਥ ਟੈਗੋਰ ਐਸਪਾਇਰਸ ਟੂ ਸੀ ਦ ਕੰਟਰੀ ਐਂਡ ਹਿਸ ਪੀਪਲ ਟੂ ਬੀ ਇਨ ਪੀਸ ਐਂਡ ਪ੍ਰੋਸਪਰ। ਉਹ ਕੀ ਚਾਹੁੰਦੇ ਨੇ? ਕਿ ਮੇਰੀ ਕੰਟਰੀ ਦੇ ਜੇ ਲੋਕ ਨੇ, ਜੋ ਇਸ ਪੂਰੇ ਵਰਲਡ ਦੇ ਲੋਕ ਨੇ, ਉਹ ਸ਼ਾਂਤੀ ਦੇ ਵਿੱਚ ਜ਼ਿੰਦਗੀ ਜਿਉਣ ਅਤੇ ਖੁਸ਼ੀਆਂ ਮਾਨਣ। ਪ੍ਰੋਸਪਰ ਦਾ ਮਤਲਬ ਹੁੰਦਾ ਤਰੱਕੀਆਂ ਮਾਨਣ। ਹੀ ਲਵਸ ਹਿਸ ਕੰਟਰੀ ਅਲੋਟ ਐਂਡ ਵਿਸ਼ਿਜ਼ ਫੋਰ ਇਟਸ ਵੈਲਫੇਅਰ। ਰਬਿੰਦਰਨਾਥ ਟੈਗੋਰ ਦਾ ਇਸ ਪੋਇਮ ਦੇ ਵਿੱਚ ਉਹਨਾਂ ਵੱਲੋਂ ਜੋ ਲਵ ਸ਼ੋਅ ਕੀਤਾ ਹੋਇਆ, ਅਤੇ ਇੱਕ ਵਿਸ਼ਿਜ਼ ਵੀ ਉਹ ਆਪਣੀ ਕੰਟਰੀ ਲਈ ਨੇ, ਵਿਸ਼ ਮੰਗ ਰਹੇ ਨੇ ਉਹ ਗੋਡ ਨੂੰ ਪ੍ਰੇ ਕਰਕੇ, ਉਹ ਆਪਣੀ ਕੰਟਰੀ ਦੇ ਲੋਕਾਂ ਦਾ, ਕੰਟਰੀ ਦਾ ਕੀ ਹੈ ਵੈਲਫੇਅਰ ਲਈ ਕੀ ਹੈ ਪ੍ਰੇ ਕਰ ਰਹੇ ਹੈ। ਦੈਟ ਵਾਜ਼ ਦਾ ਪੋਇਮ ਬਾਏ ਰਬਿੰਦਰਨਾਥ ਟੈਗੋਰ, ਐਂਡ ਇਫ ਯੂ ਲਾਈਕ ਇਟ, ਡੋਂਟ ਫੋਰਗੈਟ ਟੂ ਕਮੈਂਟ ਐਂਡ ਲਾਈਕ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ। ਥੈਂਕ ਯੂ ਸੋ ਮਚ।